ਸਤਿਗੁਰੂ ਬਖਸ਼ਿਸ਼ ਕਰੇ 550 ਸਾਲ ਗੁਰਪੁਰਬ ਵੀ ਮਨਾ ਰਹੇ। ਇੱਕ ਬੰਨੇ ਇਹ ਭਾਰਤੀ ਸਰਕਾਰਾਂ, ਪੰਜਾਬ ਸਰਕਾਰ, ਸ਼੍ਰੋਮਣੀ ਕਮੇਟੀ, ਸੌਦੇ ਸਾਧਾਂ ਦਾ ਚੇਲਾ ਪ੍ਰਧਾਨ ਜਿਹੜਾ ਬਣਿਆ ਲੌਂਗੋਵਾਲ, ਔਰ ਪਟਾਰੀ ਚੋਂ ਨਿਕਲਿਆ ਹੋਇਆ ਜਥੇਦਾਰ, ਇਹ ਸੱਚ ਹੈ? ਮੈਨੂੰ ਕੋਈ ਇਹਨਾਂ ਦਾ ਡਰ ਨਹੀਂ, ਕੀ ਕਰ ਦੇਣਗੇ, ਕੋਈ ਪਰਵਾਹ ਨਹੀਂ ਇਹਨਾਂ ਦੀ, ਔਰ ਸੱਚਾਈ ਹੈ। ਦਿੱਲੀ ਕਮੇਟੀ ਦੇ ਉਹ ਪ੍ਰਧਾਨ ਕੱਠ ਪੁਤਲੀਆਂ ਸਿੱਖ ਵਿਰੋਧੀ ਤਾਕਤਾਂ ਦੀਆਂ, ਇੱਕ ਬੰਨੇ ਤੁਹਾਨੂੰ ਝਾਂਸਾ ਦਿੰਦੇ ਨੇ ਵੀ ਗੁਰੂ ਸਾਹਿਬ ਦਾ 550 ਸਾਲਾ ਮਨਾਉਣਾ, ਨਗਰ ਕੀਰਤਨ ਕੱਢਣੇ, ਇਹ ਨਨਕਾਣਾ ਸਾਹਿਬ ਤੱਕ ਵੀ ਜਾਣਗੇ ਨਗਰ ਕੀਰਤਨ ਲੈਣ। ਪਰ ਬੇਈਮਾਨ ਇੰਨੇ ਨੇ, ਇੱਕ ਪਾਸੇ ਤੁਹਾਨੂੰ ਨਗਰ ਕੀਰਤਨ ਤਾਂ ਨਗਰ ਕੀਰਤਨ ਕਰਕੇ ਉੱਥੇ ਤੁਹਾਨੂੰ ਹੋਰ ਕੁਝ ਵਿਖਾਇਆ ਜਾ ਰਿਹਾ ਹੈ, ਦੂਸਰੇ ਪਾਸੇ ਇਹਨਾਂ ਬੇਈਮਾਨਾਂ ਦੀ ਮਿਲੀ ਭੁਗਤ ਨਾਲ ਗੁਰਦੁਆਰਾ ਡਾਂਗ ਮਾਰ ਸਾਹਿਬ ਜਿਹੜਾ ਸੀ ਉਹਨੂੰ ਮੰਦਿਰ ਬਣਾ ਦਿੱਤਾ। ਸਿੱਕਮ ਦੇ ਵਿੱਚ ਜਿਹੜਾ ਬਿਲਕੁਲ ਚੀਨ ਦੇ ਬਾਰਡਰ ਦੇ ਉੱਤੇ ਗੁਰਦੁਆਰਾ ਬਣਿਆ ਹੋਇਆ, ਨਿਸ਼ਾਨ ਸਾਹਿਬ ਪੁੱਟ ਦਿੱਤਾ, ਗੁਰੂ ਸਾਹਿਬ ਦੇ ਸਰੂਪ ਚੁੱਕ ਕੇ ਸੜਕ 'ਚ ਰੱਖ ਕੇ ਚਲੇ ਗਏ। ਉਹਦਾ ਕੋਰਟ ਹਾਈ ਕੋਰਟ ਦੇ ਵਿੱਚ ਕੇਸ ਚੱਲ ਰਿਹਾ, ਕੋਈ ਨਹੀਂ ਕੁਛ ਕਿਹਾ। ਉਦੋਂ ਪਹਿਲਾਂ ਗਿਆਨ ਗੋਦੜੀ ਗਿਆ, ਹੁਣ ਇਹ ਜਾਊਗਾ। ਕੱਲ ਨੂੰ ਹਰਿਮੰਦਰ ਸਾਹਿਬ ਦੀ ਵਾਰੀ ਵੀ ਆਊਗੀ, ਮੈਨੂੰ ਖਿਮਾ ਕਰ ਦਿਆ ਜੇ, ਹਰਿਮੰਦਰ ਸਾਹਿਬ ਦੇ ਦਰਵਾਜ਼ੇ ਤਾਂ ਉਖੇੜ ਦਿੱਤੇ ਨੇ, ਕਹਿੰਦੇ ਜੀ ਕਾਰ ਸੇਵਾ ਕਰਨੀ, ਪਹਿਲਾਂ ਕਹਿੰਦੇ ਜੀ ਪੁਰਾਣੇ ਹੋ ਗਏ ਨੇ ਮੁਰੰਮਤ ਕਰਨੀ ਹੈ, ਇਹ ਭੂਰੀ ਵਾਲੇ ਮਹਾਂਪੁਰਸ਼ਾਂ ਨੇ ਕਿਰਪਾ ਕੀਤੀ ਹੈ। ਮੱਕੜ ਤੇ ਲੌਂਗੋਵਾਲ ਵਰਗਿਆਂ ਨੇ ਇਹ ਪੂਰੀ ਤਨਦੇਈ ਦਾ ਕੰਮ ਕੀਤਾ ਮਿਲ ਕੇ, ਇਹ ਪੁਰਾਣੇ ਨੇ ਮੁਰੰਮਤ ਕਰਨੀ ਹੈ, ਲਾ ਕੇ 8 ਸਾਲ ਰੱਖ ਛੱਡੇ, ਜਦੋਂ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਕਿ ਅਜੇ ਉਹ ਖਰਾਬ ਨਹੀਂ ਜੇ ਹੋਏ, ਚੰਗੇ ਭਲੇ ਨੇ, ਕਹਿੰਦੇ ਜੀ ਕਾਲੀ ਟਾਲੀ ਨਹੀਂ ਮਿਲਦੀ, ਹੁਣ ਨਵੇਂ ਬਣਾ ਕੇ ਫਿੱਟ ਕਰ ਦਿਓ ਜਿਹੜੇ ਪੁਰਾਣੇ ਸੀ, ਕਿਉਂਕਿ ਕਿਤੇ ਤੁਹਾਡੇ ਬੱਚੇ ਹਰਿਮੰਦਰ ਸਾਹਿਬ ਜਾਣ, ਉਹਨਾਂ ਦਰਵਾਜ਼ਿਆਂ ਨੂੰ ਵੇਖ ਕੇ ਉਹਨਾਂ ਦੇ ਅੰਦਰ ਕਿਤੇ ਜੱਸਾ ਸਿੰਘ ਆਲੂ ਵਾਲੀਆ ਬਾਬਾ ਪੈਦਾ ਨਾ ਹੋ ਜਾਏ, ਨਵਾਬ ਕਪੂਰ ਸਿੰਘ ਬਾਬੇ, ਬਾਬੇ ਬਘੇਲ ਸਿੰਘ, ਜੱਸਾ ਸਿੰਘ ਜੀ ਰਾਮਗੜੀਏ, ਉਹ ਮਿਸਲਾਂ, ਉਹ ਸਿੱਖ ਰਾਜ ਨਾ ਕਿਤੇ ਪੈਦਾ ਹੋ ਜਾਏ, ਉਹਨਾਂ ਦਰਵਾਜ਼ਿਆਂ ਵਿੱਚੋਂ ਸਿੱਖ ਰਾਜ ਦਿਸਦਾ ਹੈ, ਉਹ ਸਿੱਖ ਰਾਜ ਦੇ ਲਾਏ ਹੋਏ ਨੇ, ਸਿੱਖ ਮਿਸਲਾਂ ਦੇ ਲਾਏ ਹੋਏ ਨੇ, ਔਰ ਹਜ਼ਾਰਾਂ ਭੂਰੀ ਵਾਲੇ, ਹਜ਼ਾਰਾਂ ਮੱਕੜ ਪੈਦਾ ਕਰਦੇ ਹੋ, ਹਜ਼ਾਰਾਂ ਵਾਰੀ ਜਨਮ ਲੈ ਕੇ ਹਰਿਮੰਦਰ ਦੇ ਦਰਵਾਜ਼ੇ ਬਣਾ ਕੇ ਦੇ ਦੇਣ, ਉਹਨਾਂ ਦਰਵਾਜ਼ਿਆਂ ਵਰਗੇ ਇਹਨਾਂ ਕੋਲ ਦਰਵਾਜ਼ੇ ਨਹੀਂ ਜੇ ਬਣਨੇ, ਪਰ ਲਾ ਦਿੱਤੇ ਗਏ। ਹੁਣ ਤੇ ਉਹਨਾਂ ਨੇ ਨਵਾਂ ਜੋੜਾ ਘਰ ਵੀ ਦਿੱਤਾ, ਮੈਨੂੰ ਖਿਮਾ ਕਰ ਦਿਆ ਜੀ, ਤੇ ਜਿੱਥੇ ਬਣਾਇਆ ਨਾ ਉੱਥੇ ਭਾਈ ਮਹਿੰਗਾ ਸਿੰਘ ਤੇ ਹੋਰ ਸ਼ਹੀਦਾਂ ਦਾ ਨਿਸ਼ਾਨ ਸਾਹਿਬ ਸੀ, ਉਹ ਸ਼ਹੀਦਾਂ ਦਾ ਥਾਂ ਸੀ ਜੀ, ਪੁਰਾਣੇ ਮਹਾਂਪੁਰਸ਼ਾਂ ਨੇ ਕਾਰ ਸੇਵਾ ਵਾਲਿਆਂ ਨੇ ਜੋੜਾ ਘਰ ਉੱਥੇ ਨਹੀਂ ਸੀ ਬਣਾਇਆ, ਉਰਲੀ ਨੁੱਕਰ 'ਚ ਬਣਾਇਆ, ਪਰ ਭੂਰੀ ਵਾਲੇ ਬਾਬਿਆਂ ਨੇ ਉਹਨੂੰ ਢਾ ਕੇ ਨਵਾਂ ਬਣਾ ਕੇ ਦਿੱਤਾ ਤਾਜ ਮਹਿਲ ਵਰਗਾ। ਬਣਾਇਆ ਕਿੱਥੇ? ਜਿੱਥੇ ਸ਼ਹੀਦਾਂ ਦਾ ਥਾਂ ਸੀ, ਵੀ ਇਹਨਾਂ ਦਾ ਮਲੀਆ ਮੇਟ ਕਰ ਦਿਓ, ਸ਼ਹੀਦਾਂ ਦੀ ਜਗ੍ਹਾ ਵੀ ਖਤਮ ਕਰ ਦਿੱਤੀ, ਇਮਾਰਤ ਵੀ ਉਹ ਦਿੱਤੀ, ਉਹ ਵੇਖ ਕੇ ਐਂ ਲੱਗਦਾ ਵੀ ਜਿਸ ਤਰ੍ਹਾਂ ਕਿਸੇ ਪੈਲਸ ਦੇ ਵਿੱਚ ਆ ਗਏ ਹੁੰਦੇ, ਟੌਰ ਕੱਢਦੇ ਪਏ ਜੀ, ਪਰ ਗੁਰਦੁਆਰੇ ਦੀ ਇਮਾਰਤ ਕਿਸੇ ਹੋਟਲ ਦੀ ਇਮਾਰਤ ਦਾ ਜ਼ਮੀਨ ਸਮਾਨ ਦਾ ਫਰਕ ਹੈ, ਉਹਨਾਂ ਦੀ ਫੀਲਿੰਗ ਵੱਖਰੀ ਵੱਖਰੀ, ਤੇ ਜਿਹੜੀਆਂ ਸਾਡੀਆਂ ਪੁਰਾਣੀਆਂ ਇਮਾਰਤਾਂ ਬਣੀਆਂ ਨੇ, ਸਰਾਂ 'ਚ ਚਲੇ ਜਾਓ, ਗੁਰਦੁਆਰੇ 'ਚ ਚਲੇ ਜਾਓ, ਹੋਸਪਿਟਲ ਚਲੇ ਜਾਓ, ਕਾਲਜ ਚਲੇ ਜਾਓ, ਇਮਾਰਤ ਵੇਖ ਕੇ ਪਤਾ ਲੱਗ ਜਾਂਦਾ ਸੀ ਗੁਰਦੁਆਰੇ ਦੀ, ਹੁਣ ਨਹੀਂ ਪਤਾ ਲੱਗਦਾ, ਬਦਲਤਾ ਸਾਰਾ ਕੁਝ। ਇਸ ਲਈ ਅੱਜ ਬਾਬਾ ਜੀਵਨ ਸਿੰਘ ਬਣਿਓ, ਗੁਰੂ ਸਾਹਿਬ ਜੀ ਦੇ ਅਦਬ ਸਤਿਕਾਰ ਦੀ ਬਹਾਲੀ ਵਾਸਤੇ ਗੁਰਦੁਆਰਾ ਸਿਸਟਮ ਦਾ ਹਿੱਸਾ ਬਣੋ, ਇੱਕ ਇੱਕ ਨਗਰ 'ਚੋਂ ਇੱਕ ਇੱਕ ਨੌਜਵਾਨ ਸਾਥ ਦਿਓ, ਮੈਂ ਜ਼ਿਆਦਾ ਨਹੀਂ ਕਹਿੰਦਾ, ਇੱਕ ਨਗਰ 'ਚੋਂ ਇੱਕ, ਪਰ ਹੋਵੇ ਵਾਕਈ ਭਾਈ ਜੀਵਨ ਸਿੰਘ ਵਰਗਾ ਭਰੋਸਾ ਰੱਖਦਾ ਹੋਵੇ, ਸਾਨੂੰ ਕਿਸੇ ਦੀ ਕੋਈ ਪਰਵਾਹ ਨਹੀਂ, ਆਪਾਂ ਕਿਹੜੀਆਂ ਕੁਰਸੀਆਂ ਮੰਗਦੇ ਇਹਨਾਂ ਤੋਂ, ਨਾ ਅਸੀਂ MLA ਬਣਨਾ ਨਾ MP ਬਣਨਾ, ਅਸੀਂ ਗੁਰੂ ਕੇ ਸੇਵਾਦਾਰ ਹਾਂ ਸੀ ਔਰ ਰਹਾਂਗੇ। ਬਸ ਦੋ ਗੱਲਾਂ ਚੇਤੇ 'ਚ ਰੱਖਿਓ, ਜੇ ਨਸ਼ਾ ਕਰਕੇ ਕਰਨਾ ਮਾੜਾ ਹੈ, ਵੇਚਣਾ ਮਾੜਾ ਹੈ, ਕਰਾਉਣਾ ਮਾੜਾ ਹੈ, ਅਤੇ ਕਰਕੇ ਗੁਰਦੁਆਰੇ ਆਉਣਾ ਮਾੜਾ ਹੈ, ਅਤੇ ਨਸ਼ੇੜੀ ਬੰਦਿਆਂ ਨੂੰ ਗੁਰਦੁਆਰਿਆਂ ਦੇ ਪ੍ਰਧਾਨ ਬਣਾਉਣਾ ਉਦੋਂ ਮਾੜਾ ਹੈ।
ਰਾਜਨੀਤੀ ਦੀ ਗੱਲ ਕਰਨੀ ਗੁਰਦੁਆਰੇ ਚ ਮਾੜੀ ਤੇ ਸਿਆਸੀ ਟੱਬਰ ਨੂੰ ਪੰਥਕ ਕਹਿਣਾ ਉਦੋਂ ਵੀ ਘਾਤਕ ਹੈ। ਇਹਨਾਂ ਨੂੰ ਪੰਥਕ ਨਹੀਂ ਆਖਣਾ, ਇਹ ਹੈ ਨਹੀਂ, ਸਿਆਸੀ ਲੋਕ ਨੇ। ਸਿਆਸਤ ਜਿੰਨੀ ਮਰਜ਼ੀ ਕਰੀ ਜਾਣ ਸਾਨੂੰ ਕੋਈ ਦਿੱਕਤ ਨਹੀਂ, ਪਰ ਗੁਰੂ ਘਰਾਂ ਚ ਸਿਆਸਤ ਅਸੀਂ ਨਹੀਂ ਕਰਦੇ, ਅਸੀਂ ਬੰਦ ਕਰਕੇ ਛੱਡਾਂਗੇ। ਸਤਿਗੁਰੂ ਕਿਰਪਾ ਕਰ, ਆਓ ਆਪਣੇ ਗੁਰੂ ਧਾਮ ਆਜ਼ਾਦ ਕਰਾਈਏ। ਅਸੀਂ ਕਿਸੇ ਦੇ ਵਿਰੋਧੀ ਨਹੀਂ ਹਾਂ, ਕਿਉਂਕਿ ਮੰਤਾਂ ਵੇਲੇ ਕੀ ਹੁੰਦਾ ਸੀ, ਦਸਤਾਰਾਂ ਗੁਰਦੁਆਰਿਆਂ ਚ ਲੈਂਦੀਆਂ ਨੇ, ਨਸ਼ਾ ਗੁਰਦੁਆਰਿਆਂ ਚ ਕੀਤਾ ਜਾਂਦਾ ਹੈ, ਪਰ ਗਮਨੀ ਉੱਥੇ ਕੀਤੀ ਜਾਂਦੀ ਹੈ, ਮੁਰਦਾਰ ਉੱਥੇ ਖਾਧਾ ਜਾਂਦਾ ਹੈ। ਅੱਜ ਵੀ ਉਹੀ ਕੁਝ ਸ਼ੁਰੂ ਕਰ ਦਿੱਤਾ ਬਹੁ ਗਿਣਤੀ। ਇਸ ਲਈ ਆਓ ਆਪਣੀ ਮਾਨ ਮਰਿਆਦਾ ਬਹਾਲ ਕਰੀਏ, ਤੇ ਕਦੇ ਸਾਡੇ ਕਾਰ ਸੇਵਾ ਵੀ ਮਹਾਂਪੁਰਸ਼ ਕਰਿਆ ਕਰਦੇ ਸਨ, ਸੰਗਤਾਂ ਨੇ ਕਰਨੀ, ਸਤਨਾਮ ਵਾਹਿਗੁਰੂ ਦਾ ਜਾਪ ਕਰਨਾ। ਹੁਣ ਤਾਂ ਢਾਂਚਾ ਹੀ ਹੋਰ ਹੋ ਗਿਆ ਜੀ, ਉਹ ਠੇਕੇਦਾਰਾਂ ਵਾਲਾ ਕੰਮ ਸ਼ੁਰੂ ਹੋ ਗਿਆ, ਤੇ ਤੁਸੀਂ ਸੇਵਾ ਲੈਣ ਚਲੇ ਜਾਓ ਸਹੀ ਕਿ ਫਲਾਣੇ ਗੁਰਦੁਆਰੇ ਦੀ ਸੇਵਾ ਦੇ ਦਿਓ, ਕਹਿੰਦੇ ਪਹਿਲੇ 4 ਕਰੋੜ ਪ੍ਰਧਾਨ ਨੂੰ ਦਿਓ ਤੇ ਫਿਰ ਤੁਹਾਨੂੰ ਸੇਵਾ ਦਿਆਂ, ਫਿਰ ਤੁਸੀਂ ਸੇਵਾ ਕਰੋ। ਆਹ ਕੁਛ ਉੱਥੇ ਸੌਦੇਬਾਜ਼ੀਆਂ ਚੱਲਦੀਆਂ ਨੇ, ਇਹ ਬੰਦ ਕਰਨੀਆਂ ਹੋਣਗੀਆਂ, ਤਾਂ ਕਿ ਅਸੀਂ ਪੰਜਾਬ ਦੇ ਬੱਚੇ, ਪੰਜਾਬ ਦੀ ਨੌਜਵਾਨੀ ਬਜ਼ੁਰਗੀ, ਪੰਜਾਬ ਦਾ ਵਾਤਾਵਰਣ ਬਹਾਲ ਕਰ ਸਕੀਏ। ਇਸ ਪੰਜਾਬ ਤੋਂ ਆਵਾਜ਼ ਦਾ ਜਾਂਦੀ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸੋ ਕਿਉਂ ਮੰਦਾ ਆਖੀਐ ਜਿੱਤ ਜੰਮੇ, ਰਾਜਾਨ ਘਾਲ ਖਾਏ ਕਿਛ ਹੱਥੋਂ ਦੇ, ਮਾਨਸ ਕੀ ਜਾਤ ਸਵੈ ਇੱਕ ਹੈ ਪਹਿਚਾਨ ਬੋ।